ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਜੀ, ਸਾਡਾ ਕੁਸ਼ਚਨ ਹੈਗਾ ਔਨ ਕੰਪੇਅਰਿੰਗ ਦਾ ਰੇਸ਼ੀਓਜ A1/A2, B1/B2 ਅਤੇ C1/C2 ਐਂਡ ਵਿਦਆਊਟ ਡਰਾਇੰਗ ਦੈਮ ਫਾਇੰਡ ਆਊਟ ਵੈਦਰ ਦਾ ਲਾਈਨਸ ਰਿਪ੍ਰੈਜੈਂਟਿੰਗ ਦਾ ਫੋਲੋਇੰਗ ਪੇਅਰਸ ਆਫ ਲੀਨੀਅਰ ਇਕੁਏਸ਼ਨਸ ਇੰਟਰਸੈਕਟ ਐਟ ਅ ਪੁਆਇੰਟ, ਆਰ ਪੈਰਲਲ ਔਰ ਕੋਇਨਸਾਈਡ। ਆਲਸੋ ਫਾਇੰਡ ਆਊਟ ਵੈਦਰ ਦਾ ਫੋਲੋਇੰਗ ਪੇਅਰ ਆਫ ਲੀਨੀਅਰ ਇਕੁਏਸ਼ਨਸ ਆਰ ਕੰਸਿਸਟੈਂਟ ਔਰ ਇਨਕਨਸਿਸਟੈਂਟ। ਅਤੇ ਸਾਡੀਆਂ ਇਕੁਏਸ਼ਨਾਂ ਨੇ 10x-4y = 1, ਦੂਜੀ ਹੈ 8y-6x = 4। ਹੁਣ ਤੁਸੀਂ ਵੇਖੋਗੇ ਸਾਨੂੰ ਦੋ ਹੀ ਗੱਲਾਂ ਦੱਸਣੀਆਂ ਨੇ ਇੱਥੇ, ਇੱਕ ਤਾਂ ਕੰਸਿਸਟੈਂਸੀ ਚੈੱਕ ਕਰਨੀ ਹੈ ਆਪਾਂ ਨੇ, ਅਤੇ ਦੂਜਾ ਨੇਚਰ ਚੈੱਕ ਕਰਨਾ ਹੈ ਕਿ ਇਹ ਦੋ ਦੀ ਜਿਹੜੀ ਲਾਈਨਾਂ ਹੈਗੀਆਂ ਨੇ ਇਹ ਇੱਕ ਪੁਆਇੰਟ 'ਤੇ ਇੰਟਰਸੈਕਟ ਕਰਨਗੀਆਂ ਜਾਂ ਪੈਰਲਲ ਹੋਣਗੀਆਂ ਜਾਂ ਕੋਇਨਸਾਈਡ ਕਰਨਗੀਆਂ। ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਲਾਈਨਾਂ ਦੀ ਇਕੁਏਸ਼ਨ ਲਿਖ ਲੈਂਦੇ ਹਾਂ ਚੱਜ ਨਾਲ, ਜਿਵੇਂ 10x-4y - 1 ਮੈਂ ਇੱਧਰ ਲਿਖ ਲੈਂਦਾ ਤਾਂ ਕਿ ਇਕੁਅਲ 0 ਵੱਜ ਜੇ। ਇਹਨੂੰ ਫਸਟ ਇਕੁਏਸ਼ਨ ਨਾਲ ਦੇ ਦਿਓ। ਦੂਜੀ ਹੈਗੀ ਹੈ 8y-6x - 4 = 0, ਇਹਨੂੰ ਦੂਜਾ ਨਾਂ ਦੇ ਦਿਓ। ਹੁਣ ਮੈਂ ਇੱਥੇ ਤੁਹਾਡੇ ਸਹੂਲੀਅਤ ਵਾਸਤੇ ਜਨਰਲ ਫੋਰਮ ਵੀ ਲਿਖ ਦਿੰਦਾ, A1x + B1y + C1 = 0, A2x + B2y + C2 = 0। ਇਹ ਸਾਡੀ ਨਾ ਜਨਰਲ ਇਕੁਏਸ਼ਨ ਦੀ ਫੋਰਮ ਹੁੰਦੀਆਂ ਨੇ, ਜਦੋਂ ਦੋ ਵੈਰੀਏਬਲ ਦੇ ਵਿੱਚ ਲੀਨੀਅਰ ਇਕੁਏਸ਼ਨ ਲਿਖੀ ਦੀ ਆਪਾਂ, ਉਹ ਇਹੋ ਜਿਹੀ ਹੁੰਦੀਆਂ ਨੇ। ਤਾਂ ਇਹਨੂੰ ਕੰਪੇਅਰ ਕਰਕੇ ਮੈਂ ਸਿੱਧਾ ਸਿੱਧਾ ਦੱਸ ਸਕਦਾ, A1 ਦਾ ਮਾਨ ਹੋ ਜੂ 3, A2 ਦਾ ਮਾਨ ਹੋ ਜੂਗਾ 8, ਐਵੇਂ B1 ਦਾ ਮਾਨ ਹੋ ਜੂਗਾ -4 ਅਤੇ B2 ਦਾ ਮਾਨ ਹੋ ਜੂਗਾ -6। ਅਤੇ ਤੁਸੀਂ ਅੱਗੇ C1 ਦੇਖੋਗੇ ਤਾਂ ਉਹ ਹੋ ਜੂਗਾ -1 ਅਤੇ C2 ਵੇਖੋਗੇ ਤਾਂ ਉਹ ਹੋ ਜੂਗਾ -4। ਹੁਣ ਆਪਾਂ ਕੀ ਕਰਨਾ, ਆਪਾਂ ਨੇ ਕੰਪੇਅਰ ਕਰਨਾ ਰੇਸ਼ੀਓ ਨੂੰ। ਰੇਸ਼ੀਓ ਕੰਪੇਅਰ ਕਰਨ ਵਾਸਤੇ ਆਪਾਂ ਰੇਸ਼ੀਓ ਕੱਢ ਲੈਂਦੇ, A1/A2 ਕੀ ਹੋ ਜੂਗਾ 3/8, ਅਤੇ ਜੇ ਮੈਂ ਇੱਥੇ ਹੁਣ B1/B2 ਕੱਢਾਂ ਤਾਂ ਉਹ ਹੋ ਜੂਗਾ ਸਾਡਾ -4/6 -6। ਕੈਂਸਲ ਕਰੋਗੇ ਇਹਨਾਂ ਨੂੰ 2 ਨਾਲ, ਮਾਈਨਸ 'ਤੇ ਕੈਂਸਲ ਹੋ ਜੂਗਾ ਅਤੇ ਬਚੂਗਾ 2/3। ਤੁਸੀਂ ਇੱਥੇ ਰੁਕ ਜਾਣਾ ਕਿਉਂਕਿ ਹੁਣ ਕੰਪੇਅਰ ਵੇਖੋ, ਇੱਦਾਂ ਵੀ ਕਰਦੇ ਹਾਂ ਆਪਾਂ, ਧਿਆਨ ਰੱਖੀਦਾ ਹੁੰਦਾ ਇਹਨਾਂ ਛੋਟੀ ਛੋਟੀ ਗੱਲਾਂ ਦਾ। A1/A2 ਇਕੁਅਲ ਨਹੀਂ ਆਇਆ B1/B2 ਰੇਸ਼ੋ ਦੇ, ਤਾਂ ਆਪਾਂ ਇੱਥੋਂ ਹੀ ਕੰਕਲੂਡ ਕਰ ਦੇਣਾ ਆਪਣਾ ਆਂਸਰ, ਅਤੇ ਅੱਗੇ ਵਧੀਆ ਹੀ ਕਾਹ ਤੋਂ। ਗੱਲ ਸਮਝ ਆਈ? ਅਤੇ ਹੁਣ ਤੁਸੀਂ ਧਿਆਨ ਰੱਖਣੀ ਹੈ ਫਿਰ ਤੋਂ, ਗੱਲ ਹੈ ਕਿ ਜਦੋਂ ਵੀ ਇਹੋ ਜਿਹਾ ਰੇਸ਼ੋ ਆਵੇ A1/A2 ਨੋਟ ਇਕੁਅਲ ਟੂ B1/B2, ਤਾਂ ਸਿੱਧਾ ਹੀ ਕਹਿਣਾ ਕਿ ਜਿਹੜੇ ਸਾਡੀ ਇਕੁਏਸ਼ਨਾਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਸੋਲਿਊਸ਼ਨ ਹੋਣਾ ਹੈ ਉਹ ਇੰਟਰਸੈਕਟ ਕਰਨਗੀਆਂ ਇੱਕ ਪੁਆਇੰਟ 'ਤੇ। ਗੱਲ ਸਮਝ ਆ ਗਈ? ਅਤੇ ਦੂਜਾ ਤੁਸੀਂ ਕੀ ਕਹਿਣਾ, ਕੰਸਿਸਟੈਂਸੀ ਬਾਰੇ ਆਪਾਂ ਕੀ ਕਹਾਂਗੇ, ਜਦੋਂ ਵੀ ਸਾਡੀਆਂ ਲਾਈਨਾਂ ਇੰਟਰਸੈਕਟ ਕਰਦੀਆਂ ਨੇ ਇੱਕ ਪੁਆਇੰਟ 'ਤੇ ਤਾਂ ਉਹ ਹਮੇਸ਼ਾ ਕਿਹੋ ਜਿਹਾ ਸੋਲਿਊਸ਼ਨ ਦਿੰਦੀਆਂ ਨੇ, ਕੰਸਿਸਟੈਂਟ ਸੋਲਿਊਸ਼ਨ। ਚੰਗਾ ਜੀ, ਇਹ ਗੱਲ ਤੁਸੀਂ ਇੱਦਾਂ ਹੀ ਯਾਦ ਰੱਖ ਸਕਦੇ ਹੋ, ਇਹੀ ਤੁਹਾਡਾ ਆਂਸਰ ਹੈਗਾ ਜੀ। ਧੰਨਵਾਦ।